ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਰਾਸਤ ਟੀਵੀ ਦੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ ਪਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸਡ ਸਟਡੀਜ਼ ਨੰਨਕੂ ਸਾਹਿਬੰਦੋ 2016 ਦੇ ਵਿੱਚ ਇੱਕ ਹੋਰ ਵੱਡਾ ਕਾਰੀ ਪੁਸਤਕ ਛਾਪੀ ਗਈ ਸੀ ਜਿਸ ਦਾ ਨਾਮ ਵਿਸਮਾਤ ਤੀਸਰਾ ਬਦਲ ਬ੍ਰਹਮੰਡ ਤੇ ਮਨੁੱਖੀ ਜਾਤੀ ਦਾ ਸਾਬਤ ਸਿਧਾਂਤ ਹੈ ਇਹ ਪੁਸਤਕ ਮੁੱਖਲ ਦੌਰ ਤੇ ਇਹ ਦੇਨ ਵੋਲਿਊਮ ਛਾਪੀ ਗਈ ਹੈ ਲੇਕਨ ਇਹ ਇਹ ਤਿੰਨਾ ਵੋਲਿਊਮ ਦੇ ਵਿੱਚ 6 ਕਿਤਾਬਾਂ ਨੇ ਸੋ ਅਸੀਂ ਇਸ ਨੂੰ ਮਹਿਸੂਸ ਕੀਤਾ ਕਿ ਜਿਹੜਾ ਸਾਡਾ ਸਿਕ ਫਲੌਕ ਕਿਉਂਕਿ ਇਹ ਬੇਸਿਕਲੀ ਫਲਸਫੀਕਲ ਬੁੱਕ ਹੈ ਜਦੋਂ ਅਸੀਂ ਇਸ ਨੂੰ ਦਾਰਸ਼ਨਿਕ ਤੇ ਪદ્ધਤਾ ਦੇ ਵੇਖਦੇ ਆ ਤਾਂ ਸਾਡਾ ਜਿਹੜਾ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਜੋ ਸਿਧਾਂਤ ਹੈ ਜੋ ਸਾਡਾ ਸੰਚਾ ਸਕੋਪ ਹੈ ਜਾਂ ਦ੍ਰਿਸ਼ ਦਿਸ਼ਾਵਾਂ ਨੇ ਉਸ ਨੂੰ ਅਸੀਂ ਵਿੱਚ ਲਿਆ ਹੈ ਪਹਿਲੀ ਕਿਤਾਬ ਜਿਹੜੀ ਹੈ ਉਹ ਬ੍ਰਹਿਮੰਡ ਤੇ ਮਨੁਜਾਤੀ ਦਾ ਸਾਂਝੇ ਰਿਸ਼ਤੇ ਨੂੰ ਡਿਸਕਸ ਕਰਦੀ ਹੈ। ਬ੍ਰਹਿਮੰਡ ਕਿਵੇਂ ਹੋਂਦ ਵਿੱਚ ਆਇਆ? ਇਸ ਦਾ ਕੀ ਆਧਾਰ ਸੀ? ਕਿਸ ਢੰਗ ਦੇ ਨਾਲ ਇਹ ਜੋ ਸਾਬਤ ਬੀਜ ਬ੍ਰਹਿਮੰਡ ਦਾ ਉਤਪਤ ਹੋਇਆ ਉਹ 26 36 ਯੁੱਗਾਂ ਤੱਕ ਗੁਬਾਰ ਦੇ ਵਿੱਚ ਭਲਿਆ ਤੇ ਫਿਰ ਜਦੋਂ ਗੁਰਨਾਨਕ ਸਾਹਿਬ ਨੇ ਜਬਜੀ ਸਾਹਿਬ ਕੀਤਾ ਕਿ ਤਪਸਾਓ ਇੱਕੋ ਕੋ ਆਓ ਤਿਸਤੇ ਹੋਏ ਲਖ ਦਰਿਆਓ ਇਹ ਜੋ ਸਿਧਾਂਤ ਹੈ ਇਹ ਆਪਣੇ ਆਪ بڑا ਸਪਸ਼ਟ ਕਰਦਾ ਹੈ ਕਿ ਇਹ ਇਹ ਸਾਇੰਸ ਦੇ ਬਹੁਤ ਵਿਗਿਆਨ ਦੇ ਬਹੁਤ ਨੇੜੇ ਹੈ ਮਤਲਬ ਮੈਂ ਸਮਝਦਾ ਕਿ ਵਿਗਿਆਨ ਨੇ ਜੋ ਸਿਧਾਂਤ ਦਿੱਤਾ ਹੈ ਬਿਗ ਬੈਂਗ ਦਾ ਉਹ ਵੀ ਗੁਰੂ ਨਾਨਕ ਸਾਹਿਬ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਜੋ ਸੁਪਰੀ ਫਿਲਾਸਫੀ ਹੈ ਉਸ ਤੋਂ ਲਿਆ ਗਿਆ ਸੋ ਪਹਿਲੀ ਕਿਤਾਬ ਦੇ ਪਹਿਲੇ ਪਹਿਲੇ ਵਾਲਿਊਮ ਦੇ ਪਹਿਲੀ ਕਿਤਾਬ ਦੇ ਵਿੱਚ ਬ੍ਰਹਿਮੰਡ ਦੀ ਸਿਰਜਣਾ ਜਿਹੜੀ ਹੈ ਉਸ ਬਾਰੇ ਵਿਚਾਰ ਦਿੱਤਾ ਗਏ ਨੇ ਬ੍ਰਹਮੰਡ ਤੇ ਮਨੁਜਾਤੀ ਦੇ ਸਭ ਸਿਧਾਂਤ ਆਧਾਰ ਤੇ ਮਕਸਦ ਕੀ ਨੇ ਇਹਦਾ ਵਿਸਮਾਦ ਸੰਕਲਪ ਤੇ ਨਵੇਂ ਜੀਵਤ ਮਾਡਲ ਦੇ ਆਧਾਰ ਕੀ ਨੇ ਬ੍ਰਹਮੰਡ ਤੇ ਮਨੁਜਾਤੀ ਦਾ ਸਭ ਸਿਧਾਂਤ ਦੀ ਰੂਪਰੇਖਾ ਕੀ ਹੈ ਵਿਸਮਾਦੀ ਬ੍ਰਹਮੰਡ ਰਚਨਾ ਇਹ ਜਿਹੜਾ ਮੂਲ ਆਧਾਰ ਹੈ ਇਸ ਕਿਤਾਬ ਦਾ ਕਿ ਉਹ ਜੋ ਬ੍ਰਹਮੰਡ ਦੀ ਸਾਰੀ ਸਿਰਜਣਾ ਔਰ ਜਿਹੜਾ ਫੈਲਾ ਇਹਦਾ ਇਵੋਲੂਸ਼ਨ ਔਰ ਇਸ ਦੇ ਵਿੱਚੋਂ ਅਰਪਾ ਸਾਲ ਪਹਿਲਾਂ ਖਰਮਾ ਸਾਲ ਪਹਿਲਾਂ ਜੋ ਧਰਤੀ ਇਸ ਸਾਡੇ ਸੂਰਜ ਮੰਡਲ ਚ ਆਈ ਉਹਦਾ ਜੋ ਆਧਾਰ ਬਣਿਆ ਉਹ ਇਥੇ ਫਲ ਫੁੱਲ ਤੇ ਬਨਸਪਤੀ ਪੈਦਾ ਹੋਈ ਪਾਣੀ ਪੈਦਾ ਹੋਇਆ ਕਿਉਂਕਿ ਜੋ ਵੀ ਸਾਰੀ ਸਿਰਜਣਾ ਦਾ ਆਧਾਰ ਪਾਣੀ ਤੇ ਵਾਤਾਵਰਨ ਦਾ ਸੋ ਉਸ ਨੂੰ ਅਸੀਂ ਕਿਤਾਬ ਦੇ ਵਿੱਚ ਡਿਸਕਸ ਕਰਕੇ ਅੱਗੇ ਜਾ ਕੇ ਫਿਰ ਅਸੀਂ ਮਹਿਸੂਸ ਕੀਤਾ ਕਿ ਇਹ ਜੋ ਦੂਸਰੀ ਕਿਤਾਬ ਦੇ ਵਿੱਚ ਇਸ ਨੂੰ ਅਸੀਂ ਨਿਜਮਾ ਦਾ ਸੰਸਾਰ ਕਿਉਂਕਿ ਜਦੋਂ ਕੋਈ ਕੋਈ ਸਿਰਜਣਾ ਹੁੰਦੀ ਹੈ ਉਹ ਕੋਈ ਨਿਯਮ ਬਣਦੇ ਨੇ ਉਹ ਨਿਯਮਾਂ ਅਨੁਸਾਰ ਹੀ ਉਹ ਸਾਰਾ ਜਿਹੜਾ ਬ੍ਰਹਿਮੰਡ ਹੈ ਕੁਦਰਤ ਚੱਲਦੀ ਆ ਰਹੀ ਹੈ ਸੋ ਨਿਯਮਾਂ ਦਾ ਸੰਸਾਰ ਵਿਸ਼ਾਲ ਰੂਪ ਦੇ ਵਿੱਚ ਜਦੋਂ ਇਸ ਨੂੰ ਅਸੀਂ ਲੈਨੇ ਆ ਤਾਂ ਉਹ ਮਨੁੱਖੀ ਜੀਵਨ ਚ ਜਿਵੇਂ ਉਤਰਦੇ ਨੇ ਇਹ ਵੀ ਮੈਂ ਮਹਿਸੂਸ ਕੀਤਾ ਕਿ ਇਸ ਪੁਸਤਕ ਦੇ ਵਿੱਚ ਉਹ ਸਾਨੂੰ ਬੜੀ-ਬੜੀ ਦਿਸ਼ਾ ਦਿੰਦੇ ਨੇ ਕਿ ਕਿਉਂਕਿ ਇਹ ਇੰਟੀਗ੍ਰੇਟਿਡ ਇੰਟੀਗ੍ਰੇਟਿਡ ਸਾਬਤ ਸਦਾਤ ਹੈ ਜਿਹਨੂੰ ਗੁਰਬਾਣੀ ਚ ਪੂਜੀ ਸਾਬਤ ਰਾਸ ਸਲਾਮਤ ਸੋ ਇਸ ਦੇ ਵਿੱਚ ਜਿਹੜਾ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਇੱਕ ਉਸ ਪੱਧਰ ਤੇ ਜਾ ਕੇ ਸਾਨੂੰ ਉਸ ਕੁਦਰਤ ਦੇ ਨਾਲ ਜੋੜਦੀ ਹੈ ਜਿਹਦੇ ਚ ਕਿ ਸਾਡਾ ਜਿਹੜਾ ਜੀਵਨ ਹੈ ਇਹ ਇਹਦੇ ਚੱਲਦਾ ਹੈ ਕਿਤਾਬ ਦੇ ਜਿਹੜੀ ਤੀਸਰੀ ਕਿਤਾਬ ਹੈ ਉਸ ਦੇ ਵਿੱਚ ਕੁਦਰਤ ਦਾ ਰਚਨਾ ਅਤੇ ਮਾਨਵ ਜਾਤੀ ਇਹ ਰਿਲੇਸ਼ਨ ਜਿਹੜੇ ਸਾਡੇ ਕੁਦਰਤ ਦਾ ਔਰ ਉਸ ਨੂੰ ਅਸੀਂ ਡਿਸਕਸ ਕਰਕੇ ਕੁਦਰਤ ਨਾਲ ਜਿਹੜੀ ਸਾਡੀ ਨੇੜਤਾ ਹੈ ਜਾਂ ਕੁਦਰਤ ਦੇ ਕੋ ਸਾਨੂੰ ਜੀਵਾਂ ਪਾਲਦੀ ਹੈ ਜਨਮ ਦਿੰਦੀ ਹੈ ਪਾਲਦੀ ਹੈਗਾ ਵਿਨਾਸ਼ ਕਰਕੇ ਫਿਰ ਅਨੂਰਜਾ ਦਾ ਜਿਹੜਾ ਵਕ ਵਕ ਤਰੀਕੇ ਦੇ ਨਾਲ ਬਦਲਾਅ ਹੋ ਜਾਂਦਾ ਹੈ ਕੁਦਰਤ ਉਸ ਦਾ ਇੱਕ ਬੇਸਿਕ ਆਧਾਰ ਹੈ ਸੋ ਇਸ ਵਾਸਤੇ ਸੀ ਗੁਜੂਸ ਕੀਤਾ ਕਿ ਜੋ ਵੀ ਯੁੱਗਾਂ ਦਾ ਪਹਿਲਾ ਹੈ ਜਾਂ ਕੇ ਮਹਾਂ ਤੋਂ ਲੈ ਕੇ ਵਰਤਮਾਨ ਤੱਕ ਦਾ ਜਿਹੜਾ ਉਸ ਦਾ ਇੱਕ ਅਗਲਾ ਸਮਾਦੀ ਯੁੱਗ ਜਿਹੜਾ ਹੈ ਇਹ ਚੌਥਾ ਯੁੱਗ ਹੋਏਗਾ ਇਹਦੇ ਵਿੱਚ ਜੋ ਗੁਰੂ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਆਸਾ ਦੀ ਵਾਰ ਦੇ ਵਿੱਚ ਹੋਰ ਮਹਾਰੂ 16 ਦੇ ਵਿੱਚ ਜੋ ਕੁਦਰਤ ਬਾਰੇ ਜਾਂ ਜੋ ਵੀ ਬ੍ਰਹਿਮੰਡ ਬਾਰੇ ਵਿਚਾਰ ਦਿੱਤੇ ਗਏ ਨੇ ਸੋ ਮੂਲ ਫੋਕਸ ਸਾਡਾ ਕੁਦਰਤ ਹੀ ਹੈ ਕਿ ਕੁਦਰਤ ਜਿਹੜੀ ਹੈ ਉਸ ਨੂੰ ਅਸੀਂ ਕਿਵੇਂ ਵੀ ਇੰਟਰਪ੍ਰੀਟ ਕਰਕੇ ਆਪਣੇ ਜੀਵਨ ਦੇ ਵਿੱਚ ਇਸ ਨੂੰ ਸਾਡ ਢਾਲ ਸਕਦੇ ਹਾਂ ਔਰ ਇਹ ਜਿਹੜਾ ਜਦੋਂ ਮਿਸਲ ਕਹਿੰਦਾ ਤੀਸਰਾ ਬਦਲ ਹੈ ਤਾਂ ਇਹ ਉਸੇ ਹੀ ਬਦਲ ਦਾ ਰੂਪ ਬਣ ਜਾਂਦੀ ਹੈ ਫਿਲਾਸਫੀਕਲ ਆਧਾਰ ਬਣ ਜਾਂਦੀ ਹੈ ਜਿੱਥੇ ਕਿ ਆ ਕੇ ਅਸੀਂ ਕੈਪੀਟਲਿਜ਼ਮ, ਸੋਸ਼ਲਿਜ਼ਮ, ਕਮਿਊਨਿਜ਼ਮ, ਹਿੰਦੂਤਵ ਤੇ ਸ਼ਰੀਤ ਦੇ ਜੋ ਵਿਚਾਰ ਨੇ ਉਸ ਦਾ ਜਿਹੜਾ ਸਿੱਖ ਦ੍ਰਿਸ਼ਟੀਕੋਣ ਹੈ ਉਸ ਨੂੰ ਅਸੀਂ ਇਸ ਪੁਸਤਕ ਦੇ ਵਿੱਚ ਅੱਗੇ ਵਿਆਖਿਆ ਕੀਤੀ ਹੈ ਤੇ ਵਿਦਵਾਨਾਂ ਨੂੰ ਇਸ ਪਰਥਾਏ ਇੱਕ ਬੜੀ ਵੱਡੀ ਚੁਣੌਤੀ ਦਿੱਤੀ ਹੈ ਕਿ ਇਸ ਬਾਰੇ ਇੱਕ ਵਿਚਾਰ ਕੀਤਾ ਜਾਵੇ ਕਿ ਜਿਹੜੀ ਇਹ ਜਿਹੜੀ ਵਿਸਮਾਦ ਤੀਸਰਾ ਬਦਲ ਹੈ ਇਹ ਉਸ ਅਨੁਸਾਰ ਵਿਸ਼ਵ ਨੂੰ ਕਿਵੇਂ ਨਵੀਂ ਦਿਸ਼ਾ ਦੇ ਕੇ ਅੱਗੇ ਲਿਜਾ ਸਕਦਾ ਹੈ ਇਹ ਕਿਤਾਬ ਦਾ ਜਿਹੜਾ ਦੂਸਰਾ ਤੀਸਰਾ ਪਾਜ ਜਿਹੜਾ ਹੈ ਉਹਦੇ ਵਿੱਚ ਅਸੀਂ ਇਸ ਨੂੰ ਜੋ ਸਮਾਜ ਤੌਰ ਤੇ ਵਿਸਮਾਤੀ ਮਨੁੱਖ ਹੈ ਉਹ ਕੌਣ ਹੈ ਕਿਉਂਕਿ ਹਰ ਫਿਲਾਸਫੀ ਕਿਸੇ ਨਾ ਕਿਸੇ ਮਨੁੱਖ ਦੀ ਕਲਪਨਾ ਕਰਦੀ ਹੈ ਹਰ ਵਿਚਾਰ ਇੱਕ ਵਿੱਚ ਮਨੁੱਖ ਦੀ ਜਿਹੜੀ ਉਹਦੀ ਪਕੜ ਚ ਆ ਕੇ ਜੋ ਉਹਦੀ ਸਖਸ਼ੀਤ ਸਿੱਧੀ ਜਾਂਦੀ ਹੈ ਉਸ ਵਾਸਤੇ ਜਦੋਂ ਅਸੀਂ ਵਿਸਮਾਤੀ ਮਨੁੱਖ ਦੀ ਗੱਲ ਕਰ ਰਹੇ ਹਾਂ ਤਾਂ ਵਿਸਮਾਤੀ ਮਨੁੱਖ ਦੇ ਅਸੀਂ ਜੋ ਗੁਣ ਨੇ ਉਹਦੀ ਸ਼ਖਸੀਅਤ ਹੈ ਉਹਦੀਆਂ ਜ਼ਿੰਮੇਵਾਰੀਆਂ ਨੇ ਇਹ ਇਸ ਉਸੇ ਤਰ੍ਹਾਂ ਜਿਵੇਂ ਖਾਲਸਾ ਮਨੁੱਖ ਸਿਰਜਿਆ ਗਿਆ ਖਾਲਸਾ ਇਸ ਸਮਾਦੀ ਮਨੁੱਖ ਇੱਕੋ ਇੱਕੋ ਤਰ 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 ਖੜੇ ਨੇ ਸੋ ਇਸ ਸਮਾਦੀ ਮਨੁੱਖ ਦੇ ਨਾਲ ਜਦੋਂ ਫਿਰ ਅੱਗੇ ਆ ਕੇ ਉਸ ਦੀ ਇਸ ਸਮਾਜ ਸਿਰਜਦਾ ਕਿਉਂਕਿ ਮਨੁੱਖਾਂ ਦਾ ਸਭੂਜ ਸਮਾਜ ਹੈ ਤੇ ਸਮਾਜ ਹੀ ਜਦੋਂ ਇੱਕ ਤਰ੍ਹਾਂ ਦੇ ਸਾਰੀਆਂ ਜਿਹੜੀਆਂ ਸਾਰੀਆਂ ਵੈਲਿਊਜ਼ ਨੂੰ ਅੱਗੇ ਲੈ ਕੇ ਜਾਂਦਾ ਹੈ ਤਾਂ ਕੁਦਰਤ ਦੀ ਵੈਲਿਊਜ਼ ਨੂੰ ਆਪਣੇ ਜੀਵਨ ਟਾਲ ਕੇ ਦੂਸਰੇ ਲੋਕਾਂ ਨੂੰ ਤਿਆਰ ਕਰਦਾ ਹੈ ਤੁਸੀਂ ਕੋਈ ਵਿਵਸਥਾ ਦਿੰਦਾ ਤਾਂ ਉਹਦੀ ਇਸ ਸਮਾਦੀ ਵਿਵਸਥਾ ਆ ਜਾਂਦੀ ਹੈ ਸਵਾਦੀ ਵਿਵਸਥਾ ਦੇ ਵਿੱਚ ਪੋਲਿਟিক্যাল ਇਸ਼ੂ ਵੀ ਆ ਜਾਂਦੇ ਨੇ ਸਮਾਜਿਕ ਇਸ਼ੂ ਵੀ ਆ ਜਾਂਦੇ ਨੇ ਸੋਸ਼ਲ ਇਸ਼ੂ ਵੀ ਆ ਜਾਂਦੇ ਨੇ ਧਾਰਮਿਕ ਇਸ਼ੂ ਵੀ ਆ ਜਾਂਦੇ ਨੇ ਸੋ ਇਸ ਮੁੱਚੇ ਤੌਰ ਤੇ ਜਦੋਂ ਆਰਥਿਕਤਾ ਇਹਦਾ ਸਾਡੇ ਸੱਭਿਆਚਾਰ ਸਾਡੀ ਜਿਹੜੀ ਜੀਵਨ ਦੇ ਵਿੱਚ ਮਨੁੱਖ ਦੇ ਵਿੱਚ ਜਿਹੜੀ ਸਾਡੀ ਆਪਸੀ ਭਾਈਚਾਰਕ ਪਿਆਰ ਹੈ ਸਾਡੀ ਜਿਹੜੀ ਆਪਸੀ ਦੂਸਰੀ ਦੂਰੀਆਂ ਨੂੰ ਖਤਮ ਕਰਕੇ ਅਸੀਂ ਕੁਦਰ ਦੇ ਇੱਕ ਕੇਂਦਰ ਨਾਲ ਜੁੜ ਕੇ ਕਿਵੇਂ ਅਸੀਂ ਇੱਕ ਚੰਗੀ ਵੀ ਸਮਾਦੀ ਵਿਵਸਥਾ ਸਿਰਜ ਸਕਦੇ ਆ ਇਹ ਮੈਂ ਸਮਝਦਾ ਕਿ ਇਸਕਦਾ ਦਾ ਮੂਲ ਫੋਕਸ ਹੈ ਕਿ ਜਦੋਂ ਅਸੀਂ ਇਸ ਨੂੰ ਇਹ ਦੁਨੀਆਂ ਧਰਮਾਂ ਦੇ ਨਾਲ ਦੂਜੀਆਂ ਵਿਚਾਰਧਾਰਾਾਂ ਦੇ ਕੰਪੈਰੀਜ਼ਨ ਦੇ ਵਿੱਚ ਸਿੱਖ ਫਿਲਾਸਫੀ ਨੂੰ ਵੇਖਦੇ ਆ ਤਾਂ ਸਾਡੇ ਸਾਹਮਣੇ ਇੱਕ ਬੜਾ ਵੱਡਾ ਇੱਕ ਪਰੇਸ਼ਾਹ ਪੈਦਾ ਹੋ ਜਾਂਦਾ ਹੈ ਕਿ ਆ ਦੁਨੀਆਂ ਦੇ ਜੋ ਕਲੇਸ਼ ਕਲੇਸ਼ ਨੇ ਜੋ ਸੰਕਟ ਨੇ ਜਾਂ ਜੋ ਆਪਸੀ ਜਿਹੜਾ ਤਣਾਅ ਹੈ ਜਾਂ ਜਿਸ ਤਰ੍ਹਾਂ ਕੰਜ਼ਿਊਮਰਿਜ਼ਮ ਮਟੀਰੀਅਲਿਜ਼ਮ ਤੇ ਜਿਵੇਂ ਸਾਡੀ ਜਿਹੜੀ ਵੈਸਟਰਨ ਲਾਈਫ ਨੇ ਜੋ ਸਾਡਾ ਹਾਲ ਕਰ ਦਿੱਤਾ ਹੈ ਜੋ ਤਣਾਅ ਹੈ ਉਸ ਨੂੰ ਕਿਸ ਤਰ੍ਹਾਂ ਨਾਲ ਹੱਲ ਕੀਤਾ ਜਾ ਸਕਦਾ ਹੈ ਮੇਨ ਫੋਕਸ ਸਾਡੇ ਸਮੁੱਚੇ ਇਸ ਪ੍ਰੋਜੈਕਟ ਦਾ ਔਰ ਹੋਰ ਪ੍ਰੋਜੈਕਟਸ ਦਾ ਇਹੀ ਸੀ ਕਿ ਜੇਕਰ ਅਸੀਂ ਜਿਹੜੀ ਫਿਲਾਸਫੀ ਹੈ ਉਹ ਦੇਖੋ ਫਿਲਾਸਫੀ ਇੱਕ ਤਰ੍ਹਾਂ ਦੇ ਅਨਾਲਿਸਿਸ ਕਰਕੇ ਮਨੁੱਖ ਨੂੰ ਇੱਕ ਚੰਗਾ ਜੀਵਨ ਜੀਣ ਵਾਸਤੇ ਹੱਲ ਦੱਸਦੀ ਹੈ ਸੋ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਹੈ ਇਹ ਕਿਸ ਢੰਗ ਦੇ ਨਾਲ ਥਰੂ ਇੰਸਟੀਚੂਸ਼ਨਸ ਦੁਨੀਆ ਤੇ ਪਾਵਰਫੁਲ ਹੋ ਕੇ ਦੁਨੀਆ ਨੂੰ ਦਿਸ਼ਾ ਦੇ ਸਕਦੀ ਹੈ ਮੈਂ ਮਹਿਸੂਸ ਕੀਤਾ ਕਿ ਇਹ ਜੋ ਕਿਤਾਬ ਤੀਸਰਾ ਬਦਲ ਹੈ ਇਹ ਬ੍ਰਹਮੰਡ ਦੀ ਮਾਨਵ ਜਾਤੀ ਦਾ ਸਾਬਤ ਸਿਧਾਂਤ ਅਗਰ ਅਸੀਂ ਇਸ ਤਰ੍ਹਾਂ ਜਾਲ ਕਰਕੇ ਜੀਵਨ ਜੀਵਾਂਗੇ ਤਾਂ ਇੱਕ ਬੜੀ ਅੱਛੀ ਵਿਵਸਥਾ ਬਣ ਪੁੱਧਰ ਜਾ ਸਕਦੀ ਹੈ ਫਿਰ ਜੇ ਮੈਂ ਯੁੱਗਾਂ ਦਾ ਵੀ ਵਿਰਣ ਕੀਤਾ ਕਿ ਕਿਸ ਤਰ੍ਹਾਂ ਵੱਖ-ਵੱਖ ਸਮੇਂ ਤੇ ਕਿਹੜੇ-ਕਿਹੜੇ ਯੁੱਗ ਆਏ ਪਹਿਲਾ ਕੇਵ ਯੁੱਗ ਸੀਗਾ ਪ੍ਰਾਚੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਪੱਥਰ ਯੁੱਗ ਹੈ ਫਿਰ ਉਸ ਤੋਂ ਬਾਅਦ ਖੇਤੀਬਾੜੀ ਯੁੱਗ ਆਇਆ ਉਹਦਾ ਉਹਦਾ ਸਮਾਂ ਜ਼ਿਆਦਾ ਹੈ ਹਜ਼ਾਰਾਂ ਸਾਲ ਤੱਕ ਹੈ ਉਸ ਤੋਂ ਬਾਅਦ ਫਿਰ ਜਿਹੜਾ ਇੰਡਸਟਰੀਅਲ ਯੁੱਗ ਆਂਗਾ ਜ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਵੈਸਟਰਨ ਡੋਮੀਨੇਟਿਡ ਜੋ ਇੰਡਸਟਰੀਅਲ ਤੇ ਆਧੁਨਿਕ ਯੁੱਗ ਹੈ ਇਹ ਤਿੰਨਾਂ ਯੁੱਗਾਂ ਬਾਰੇ ਡਿਸਕਸ ਕਰਕੇ ਅਸੀਂ ਫਿਰ ਇਸ ਦੇ ਆਧਾਰ ਤੇ ਵਿਸਮਾਦੀ ਯੁੱਗ ਦੀ ਗੱਲ ਕੀਤੀ ਹੈ ਜਦੋਂ ਅਸੀਂ ਵਿਸਮਾਦੀ ਵਿਵਸਥਾ ਦੀ ਸਿਰਜਣਾ ਕਰਾਂਗੇ ਤਾਂ ਇੱਕ ਨਵਾਂ ਯੁੱਗ ਸ਼ੁਰੂ ਹੋਵੇਗਾ ਯਾਨੀ ਕਿ ਇੱਕ ਤਰ੍ਹਾਂ ਦੀ ਟਰਾਂਸਫਰਮੇਸ਼ਨ ਜਿਹੜੀ ਹੈ ਟਰਾਂਜੀਸ਼ਨ ਹੈ ਫਰੋਮ ਦਾ ਪ੍ਰੈਜ਼ੈਂਟ ਪੋਸ ਮਾਡਰਨ ਯੁੱਗ ਨੂੰ ਕਹਿ ਲਓ ਜਾਂ ਕਿਸੇ ਨਾਮ ਜੋ ਵੀ ਵੈਸਟਰਨ ਨੇ ਟਰਮਸ ਕਰੀਆਂ ਹੋਈਆਂ ਨੇ ਉਹਦੇ ਆਧਾਰ ਤੇ ਜੋ ਪੂਰਬੀ ਚਿੰਤਨ ਗੁਰੂ ਗ੍ਰੰਥ ਸਾਹਿਬ ਦਾ ਹੈ ਉਹ ਪੂਰਬੀ ਚਿੰਤਨ ਜਿਹੜਾ ਵਿਸਮਾਤ ਕੇਂਦਰਤ ਹੈ ਉਸ ਨੂੰ ਅਸੀਂ ਫਿਰ ਇੱਕ ਸਮ ਮਹਿਸੂਸ ਕੀਤਾ ਕਿ ਇਹ ਜੋ ਵਰਤਮਾਨ ਯੁੱਗ ਕਿਤਨਾ ਕਿਤਨਾ ਤੇ ਯੁੱਗ ਬਦਲ ਪਲਟੇਗਾ ਨਾ ਜੀ ਉਸ ਪਲਟੇ ਹੋਏ ਯੁੱਗ ਦੇ ਵਿੱਚ ਜੋ ਟਰਾਂਜੀਸ਼ਨ ਹੋਏਗੀ ਉਹ ਵਿਸਮਾਦੀ ਜੁਗਾਣਾ ਚਾਹੀਦਾ ਹੈ ਉਬ ਸਮਾਧੀ ਜੋ ਜਿਵੇਂ ਗੁਰੂ ਗ੍ਰੰਥ ਸਾਹਿਬ ਪ੍ਰੇਰਨਾ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਬੜੀ ਬੜੀ ਦਿਸ਼ਾ ਦਿੰਦੇ ਨੇ ਇਸ ਵਾਸਤੇ ਸਾਡੇ ਸਿੱਖ ਵਿਦਵਾਨਾਂ ਨੂੰ ਵਰਲਡ ਵਿਦਵਾਨਾਂ ਨੂੰ ਵੀ ਵਿਕਤਰਾ ਵੀ ਮਹਿਸੂਸ ਕੀਤਾ ਕਿ ਉਹਨਾਂ ਨੂੰ ਇਸ ਗੱਲ ਬੋਲਣਾ ਚਾਹੀਦਾ ਹੈ ਕਿ ਨਵੇਂ ਯੁੱਗ ਦਾ ਆਫਟਰ ਕਿਵੇਂ ਕਿਉਂਕਿ ਜਿਹੜਾ ਅਮਰੀਕਨ ਸਿਸਟਮ ਹੈ ਜਾਂ ਜਿਹੜਾ ਫੁਕੋਯਾਮਾ ਇੱਕ ਤਰ੍ਹਾਂ ਦਾ ਸਕਾਲਰ ਹੋਇਆ ਉਹ ਕਹਿੰਦਾ ਜਿਹੜਾ ਅਮਰੀਕਨ ਸਿਸਟਮ ਹੈ ਜਾਂ ਕੈਪੀਟਲਿਜ਼ਮ ਹੈ ਜਾਂ ਲਿਬਰਲ ਡੈਮੋਕ੍ਰੇਸੀ ਹੈ ਇਹ ਆਖਰੀ ਹੈ ਇਸ ਐਂਡ ਆਫ ਹਿਸਟਰੀ ਮੈਂ ਇਹਦੇ ਚ ਫਿਰ ਅਗਲੀਆਂ ਕਿਤਾਬਾਂ ਨੂੰ ਚੰਗ ਚੈਲੰਜ ਕਰਕੇ ਇਸ ਨੂੰ ਕਹੇਗਾ ਇਹ ਜਿਹੜਾ ਯੁੱਗ ਹੈ ਇਹ ਹਮੇਸ਼ਾ ਕੋਈ ਬਦਲ ਰਹਿਦਾ ਹੈ ਸੋ ਚੌਥਾ ਯੁੱਗ ਜਿਹੜਾ ਵਿਸਮਾਦੀ ਯੁੱਗ ਹੈ ਇਸ ਤੋਂ ਕਿ ਕੁਦਰਤੋਂ ਕਿ ਕੀ ਹੈ ਬ੍ਰਹਿਮੰਡ ਤੋਂ ਕਿ ਕੁਝ ਨਹੀਂ ਸੋ ਜਦੋਂ ਬ੍ਰਹਿਮੰਡ ਨੂੰ ਕੁਦਰਤ ਜਿਵੇਂ ਤਰ੍ਹਾਂ ਲਾਟਾਂਗੇ ਕਿ ਵਿਸਮਾਦੀ ਯੁੱਗ ਸ਼ੁਰੂ ਹੋਏਗਾ ਔਰ ਉਹ ਵਾਸਤੇ ਵਿਸਮਾਦੀ ਕ੍ਰਾਂਤੀ ਲਾ ਦੇਗੀ ਵਿਸਮਾਦੀ ਕ੍ਰਾਂਤੀ ਕਿਸ ਤਰ੍ਹਾਂ ਹੋਏਗੀ ਕੌਣ ਕੌਣ ਲਿਆਣਗੇ ਜਾਂ ਇਸ ਟੀਕੇ ਨਾਲ ਜਿਹਦੇ ਸਿੱਖਾਂ ਦਾ ਕੀ ਯੋਗਦਾਨ ਹੋਏਗਾ ਸਾਡੇ ਜਿਹੜੀਆਂ ਇੰਸਟੀਚਿਊਸ਼ਨਸ ਨੇ ਉਹਦਾ ਤਾਂ ਕੀ ਯੋਗਦਾਨ ਹੋਏਗਾ ਅਕਾਲ ਤਖਤ ਸਾਹਿਬ ਦੀ ਕੀ ਭੂਮਿਕਾ ਹੋਏਗੀ ਸਾਡੀਆਂ ਜਿਹੜੀਆਂ ਸਾਰੀਆਂ ਵਿਸ਼ਵ ਪੱਧਰ ਤੇ ਜਰਾ ਸਿੱਖ ਫੈਲ ਚੁੱਕਿਆ ਵੱਖ-ਵੱਖ ਸਮੇਤ ਗੁਰਦੁਆਰੇ ਨੇ ਕੇਂਦਰ ਬਣੇ ਹੋਏ ਨੇ ਲਰਨਿੰਗ ਸੈਂਟਰ ਬਣ ਰਹੇ ਨੇ ਸੋਸ਼ਲ ਲਾਈਫ ਦੇ ਵਿੱਚ ਸਾਰਾ ਇਨਵੋਲਵ ਹੋ ਰਹੇ ਆ ਸੋ ਉਹਦੇ ਵਿੱਚ ਮੈਂ ਸਮਝਦਾ ਕਿ ਬੜੀ ਵੱਡੀ ਇੱਕ ਚੁਣੌਤੀ ਹੈ ਸਾਰੇ ਵਿੱਚ ਕਿ ਸਿੱਖ ਪੰਥ ਨੇ ਆਉਣ ਵਾਲੇ ਸਮੇਂ ਚ ਅੱਗੇ ਹੋਰ ਵਧਣਾ ਹੈ ਹੋਰ ਅੱਗੇ ਇਸਨਾਂ ਫਲਾਹ ਹੋਣਾ ਹੈ لیکن اے جڑا ساڈا سدھانتک ادھار ہے اے کتاباں جڑیاں نے او سدھانتک ادھار نیت کر کے جو بھی اس میں ਵਿਸ਼ਵ ਕ੍ਰਾਂਤੀ ਆਏਗੀ ਉਸ واسطے ਕੰਮ ਕਰਨਾ ਪਏਗਾ ਵਿਸਮਾਦੀ ਅਵਸਥਾ ਸਜਣੀ ਪਵੇਗੀ ਵਿਸਮਾਦੀ ਯੁਗ ਕਿਵੇਂ ਆਏਗਾ اور ਕਿਵੇਂ ਉਸ ਨੂੰ ਅੱਗੇ ਲੈ ਕੇ ਜਾਣਾ ਹੈ ਕਿਵੇਂ ਉਹ ਚਲਾਣਾ ਹੈ ਇਹ ਮੈਂ ਸਮਝਦਾ ਕਿ ਜਿਹੜੀ ਵਿਸਮਾ ਆ ਤੀਸਰਾ ਬਦਲ ਹੈ ਇਹ ਪੁਸਤਕ ਜਿਹੜੀ ਬੜੀ ਵੱਡੀ ਇੱਕ ਤਰ੍ਹਾਂ ਦੀ ਪ੍ਰੇਰਨਾ ਦਿੰਦੀ ਹੈ ਬੜੀ ਵੱਡੀ ਬਹਿਸ ਦਾ ਆਧਾਰ ਬਣ ਸਕਦੀ ਹੈ ਪਰਵਾਇਡਡ ਕਿ ਇਹ ਜਿਹੜੇ ਸਾਡੇ ਸਾਰੇ ਵਿਦਵਾਨ ਨੇ ਔਰ ਇਸ ਨੂੰ ਇਸ ਤਿਕਨ ਲਾਇਆ ਕਿ ਆਪਣੇ ਆਪ ਚ ਇੱਕ ਵਿਸਮਾਦੀ ਚਿੰਤਨ ਨਵੀਂ ਕਿਸੇ ਗੁਰਗੁਰਾਂ ਸਾਹਿਬ ਦੀ ਇੰਟਰਪ੍ਰੀਟੇਸ਼ਨ ਹੈ ਸੋ ਉਸ ਨੂੰ ਇਸ ਵਿਸਮਾਦੀ ਚਿੰਤਨ ਦੇ ਆਧਾਰ ਤੇ ਜੋ ਵਿਸਮਾਦੀ ਤੀਸਰਾ ਬਦਲ ਔਰ ਜੋ ਸਿਧਾਂਤ ਦਿੱਤਾ ਹੈ ਉਸ ਬਾਰੇ ਵਿੱਚ ਸਾਨੂੰ ਲੱਗਦਾ ਕਿ ਇਹ ਕਿਤਾਬ ਜਿਹੜੀ ਇੱਕ ਬੜੀ ਵੱਡੀ ਪੁਲਾਂਗ ਰਿਪੋਰਟ ਸਕਦੀ ਹੈ ਪੁਲਾਂਗ ਪੁੱਟ ਕੇ ਅਸੀਂ ਇੱਕ ਬਹੁਤ ਵੱਡਾ ਇੱਕ ਨਵਾਂ ਪੈਰਾਡਾਈਮ ਤੇ ਨਵਾਂ ਵਿਸ਼ੂ ਸ਼ਿਰਸ਼ਾਗਤ ਜਿਹੜਾ ਕਿ ਅਨੰਦਤ ਵਿਗਾਸੀ ਤੇ ਉਹ ਤਰ੍ਹਾਂ ਦਾ ਖੁਸ਼ਗਵਾਰ ਵਿਸ਼ ਜੋ ਜੋ ਹੋਏਗਾ ਤਾਂ ਹੀ ਅਸੀਂ ਜੜੀ ਸਾਡੀ ਮਾਨਵਤਾ ਜਿਹੜੀ ਇਹ ਬਚ ਸਕੀ अदरवाइज ਸਾਡਾ ਅੰਤ ਬਹੁਤ ਛੇਤੀ ਨੇੜੇ ਹੋਇਆ ਨੇੜੇ ਆ ਸਕਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ